28 ਸਤੰਬਰ ਨੂੰ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਅਤੇ ਡਰੱਗਿਸਟ ਵੱਲੋਂ ਪੂਰੇ ਭਾਰਤ ਵਿੱਚ ਮੈਡੀਕਲ ਸਟੋਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬੰਦ ਸਰਕਾਰ ਦੁਆਰਾ ਈ ਬਿੱਲ ਪ੍ਰਣਾਲੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਦੁਆਰਾ ਆਨਲਾਈਨ ਦਵਾਈਆਂ ਮੰਗਵਾਉਣ ਦੀ ਸੁਵਿਧਾ ਹੈ। ਕੀ ਨਾਮ ਹੈ? ਸਤੀਸ਼ ਗਰਗ। ਤੁਸੀਂ ਦੱਸੋ, ਜਿਹੜਾ 28 ਤਰੀਕ ਬੰਦ ਕੀਤਾ ਜਾ ਰਿਹਾ, ਕੀ ਕਾਰਨ ਬੰਦ ਕਰਨ ਦਾ? ਕਿਉਂ ਜਿਹੜਾ ਅਸੀਂ ਬੰਦ ਕਰਨ ਜਾ ਰਹੇ ਹਾਂ, ਇਹ ਸਾਡਾ ਆਨਲਾਈਨ ਫਾਰਮੇਸੀ ਦੇ ਅਗੇਂਸਟ ਹੈ ਅਤੇ ਸਵਦੇਸ਼ੀ ਨੂੰ ਵੀ ਅਸੀਂ ਇਹਦੇ ਨਾਲ ਇੱਕ ਹੰਗੂਰਾ ਦਿੰਦੇ ਹਾਂ, ਕਿਉਂਕਿ ਜਿਹੜੀਆਂ ਫਾਰਮੇਸੀ ਆਨਲਾਈਨ ਹੈ ਸਾਰੀਆਂ ਵਿਦੇਸ਼ੀ ਕੰਪਨੀਆਂ ਆ ਕੇ ਕੰਮ ਕਰ ਰਹੀਆਂ ਨੇ ਅਤੇ ਸਾਡੇ ਛੋਟੇ ਸਮਾਲ ਸਕੇਲ ਜਿਹੜੇ ਬਿਜ਼ਨਸ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ। ਇਹਦੇ ਨਾਲ ਸਾਡਾ ਜਿਹੜਾ ਸਮਾਲ ਸਕੇਲ ਦਾ ਵਪਾਰੀ ਹੈ ਉਹ ਇਹਦੇ ਨਾਲ ਬਿਲਕੁਲ ਖਤਮ ਹੋ ਜਾਏਗਾ। ਵਪਾਰੀ ਦੇ ਨਾਲ ਨਾਲ ਜਿਹੜੇ ਕਰਿੰਦੇ ਹੈ ਉਹ ਵੀ ਇਹਦੇ ਨਾਲ ਖਤਮ ਹੋ ਜਾਣਗੇ। ਸਾਡੀ ਸਰਕਾਰ ਨੂੰ ਇਹਦੇ ਕੰਨੀ ਧਿਆਨ ਦੇਣਾ ਚਾਹੀਦਾ, ਇਕੱਲੀ ਫਾਰਮੇਸੀ ਨਹੀਂ ਬਾਕੀ ਜਿਹੜੇ ਵੀ ਬਿਜ਼ਨਸ ਹੈ ਆਨਲਾਈਨ ਉਹ ਬੰਦ ਹੋਣੇ ਚਾਹੀਦੇ ਨੇ। ਸਰਕਾਰ ਨੂੰ ਵੀ ਇਹਦੇ ਨਾਲ ਘਾਟਾ ਹੋ ਰਿਹਾ, ਜਿਹੜੇ ਟੈਕਸ ਹੈ ਉਹ ਖਾਈ ਜਾ ਰਹੇ ਨੇ ਇਹ, ਅਤੇ ਜਿਹੜਾ ਛੋਟਾ ਵਪਾਰੀ ਉਹ ਦਿਨ ਪਰ ਦਿਨ ਖਤਮ ਹੁੰਦਾ ਜਾ ਰਿਹਾ। ਇਹਦੇ ਨਾਲ ਜਿਸ ਤਰ੍ਹਾਂ ਪਹਿਲਾਂ ਕਿਸਾਨ ਖਤਮ ਹੋ ਗਿਆ, ਇਸ ਤਰ੍ਹਾਂ ਵਪਾਰੀ ਵੀ ਖਤਮ ਹੋ ਜਾਏਗਾ ਇਸ ਤਰ੍ਹਾਂ ਦਾ ਜਿਹੜਾ ਇਹ ਆਨਲਾਈਨ ਦਾ ਚੱਲ ਪਿਆ। ਰੋਕ ਜਿਵੇਂ ਕਿ 28 ਤਰੀਕ ਪੂਰਾ ਬੰਦ ਰਹੇਗਾ, ਜਿਹੜਾ ਮਰੀਜ਼ਾਂ ਨੂੰ ਵੀ ਦਿੱਕਤ ਵਗੈਰਾ ਵੀ ਆਊਗਾ, ਉਹਨਾਂ ਨੂੰ ਦਵਾਈ ਨਹੀਂ ਮਿਲੇਗੀ, ਅਤੇ ਫਿਰ ਅਸੀਂ ਸਾਰੇ ਮਰੀਜ਼ਾਂ ਨੂੰ ਇਸੇ ਕਰਕੇ 1 ਮਹੀਨੇ ਐਡਵਾਂਸ ਕਹਿਣਾ ਸ਼ੁਰੂ ਕੀਤਾ ਵੀ ਅਸੀਂ ਇਹਦੇ ਲਈ ਸਰਕਾਰ ਨੂੰ ਪਿਛਲੇ ਕਈ ਸਾਲਾਂ ਤੋਂ ਮੈਮੋਰੈਂਡਮ ਦਿੰਦੇ ਆ ਰਹੇ ਹਾਂ ਵੀ ਇਹ ਇੱਕ ਪਾਸੇ ਦਾ ਫਾਰਮੇਸੀ ਦੇ ਅੰਦਰ ਸਾਡੇ ਨਾਲ ਇਹ ਹੁੰਦਾ ਵੀ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਸੇਲ ਨਹੀਂ ਕਰਨੀ ਹੈਗੀ ਕਿਸੇ ਵੀ ਤਰੀਕੇ ਦੀ, ਅਤੇ ਵਾਰ ਵਾਰ ਚੈਕਿੰਗਾਂ ਹੁੰਦੀਆਂ ਨੇ, ਆਨਲਾਈਨ ਕੋਈ ਚੈਕਿੰਗ ਨਹੀਂ ਹੁੰਦੀ, ਕੋਈ ਮੈਡੀਸਨ ਜਿਹੜੀਆਂ ਰਿਸਟ੍ਰਿਕਟਡ ਹੈ ਉਹ ਵੀ ਵੇਚੀਆਂ ਜਾਂਦੀਆਂ ਨੇ। ਅਤੇ ਹੁਣ ਤੁਹਾਡੀ ਕੋਈ ਮੀਟਿੰਗ ਵਗੈਰਾ ਕੋਈ ਹਾਈ ਤੁਹਾਡੀ ਨਾਲ ਕੋਈ ਮੀਟਿੰਗ ਵਗੈਰਾ ਹੋਈ ਆ ਉੱਪਰ? ਨਹੀਂ, ਅਜੇ ਤੱਕ ਸਾਡੀ ਇਸ ਉਸ ਦੇ ਰਿਗਾਰਡਿੰਗ ਕੋਈ ਵੀ ਮੀਟਿੰਗ ਨਹੀਂ ਹੋਈ। ਸਰਕਾਰ ਨੂੰ ਅਸੀਂ ਚਾਹੁੰਦੇ ਹਾਂ ਵੀ ਜੇ 28 ਤੋਂ ਪਹਿਲਾਂ ਵੀ ਸਾਨੂੰ ਇਸ 'ਤੇ ਕੋਈ ਵਿਸ਼ਵਾਸ ਦੇਵੇ ਤਾਂ ਅਸੀਂ ਨਾ ਕਰੀਏ ਸਟ੍ਰਾਈਕ। ਸਾਡਾ ਅਸੀਂ ਦਿਲੋਂ ਬਹੁਤ ਦੁਖੀ ਹੋ ਕੇ ਸਟ੍ਰਾਈਕ ਕਰ ਰਹੇ ਹਾਂ ਵੀ ਸਰਕਾਰ ਨੂੰ ਜਗਾਉਣ ਦੇ ਲਈ ਵੀ ਕਿਸੇ ਤਰੀਕੇ ਸਰਕਾਰ ਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਸਮਾਲ ਛੋਟਾ ਵਪਾਰੀ ਹੈ ਉਹ ਪਿਸਦਾ ਜਾ ਰਿਹਾ ਅਤੇ ਇੱਕ ਸਾਰੇ ਹਿੰਦੁਸਤਾਨ ਦੇ ਉੱਪਰ 5-4 ਵਪਾਰੀਆਂ ਦੇ ਕਬਜ਼ਾ ਹੋ ਜਾਏਗਾ ਇਸ ਤਰ੍ਹਾਂ ਦਾ। ਕੀ ਨਾਮ ਹੈ? ਮੇਰਾ ਨਾਮ ਗੁਰਸ਼ਰਨ ਸਿੰਘ ਢਿੱਲੋਂ, ਮੈਂ ਰਿਟੇਲ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਦਾ ਪ੍ਰਧਾਨ ਹਾਂ। ਦੱਸੋ, ਜਿਹੜਾ 28 ਤਰੀਕ ਬੰਦ ਹੈ, ਕੀ ਕਾਰਨ ਹੈ ਬੰਦ ਕਰਨੀ ਹੈ, ਪੂਰੇ ਭਾਰਤ 'ਚ ਬੰਦ ਰਹੇਗੀ? 28 ਤਰੀਕ ਦਾ ਬੰਦ ਜਿਹੜਾ ਇਹ ਸਾਡੇ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵੱਲੋਂ ਮਤਲਬ ਵੀ ਇੱਕ ਈ ਫਾਰਮੇਸੀ ਜਾਂ ਆਨਲਾਈਨ ਫਾਰਮੇਸੀ ਦੇ ਖਿਲਾਫ਼ ਦੇ ਵਿੱਚ ਦਿੱਤੀ ਗਈ ਕਾਲ ਆ, ਜਿਹਨੂੰ ਕਿ ਅਸੀਂ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਕੈਮਿਸਟ ਨੂੰ ਬੰਦ ਕਰ ਰਹੇ ਨੇ। ਕੀ ਕਾਰਨ ਬੰਦ ਆ, ਕਿਉਂ ਕਾਰਨ? ਮੇਨ ਕਾਰਨ ਬੰਦ ਦਾ ਇਹੋ ਹੀ ਹੈ ਕਿ ਜਿੰਨੀਆਂ ਵੀ ਦਵਾਈਆਂ ਆਨਲਾਈਨ ਫਾਰਮੇਸੀ ਰਾਹੀਂ ਤੁਸੀਂ ਲੈ ਸਕਦੇ ਹੋ ਉਹ ਕਿਸੇ ਵੀ ਤਰ੍ਹਾਂ ਦੀ ਮਤਲਬ ਡਾਕਟਰ ਕੋਲ ਜਾਓ, ਉਹਦੇ ਤੋਂ ਜਿਸ ਤਰ੍ਹਾਂ ਦੀ ਮਰਜ਼ੀ ਮਤਲਬ ਉਹ ਲਓ, ਜਿਹੜੀ ਅਸੀਂ ਆਪਣੀ ਸਰਕਾਰ ਰੌਲਾ ਪਾਉਂਦੀ ਹੈ ਵੀ ਇਹ ਦਵਾਈਆਂ ਨਾ ਵੇਚੋ, ਉਸੇ ਤਰ੍ਹਾਂ ਦੀਆਂ ਹਰੇਕ ਤਰ੍ਹਾਂ ਦੀਆਂ ਦਵਾਈਆਂ ਉੱਥੋਂ ਤੁਸੀਂ ਅਵੇਲੇਬਲ ਕਰਾ ਸਕਦੇ ਹੋ ਅਤੇ ਜਿੰਨੀ ਮਰਜ਼ੀ ਕੁਆਂਟੀ ਵਿੱਚ 1 ਮਹੀਨੇ ਲਈ 2 ਮਹੀਨੇ ਲਈ ਜਿੰਨੇ ਚਿਰ ਮਤਲਬ ਤੁਹਾਡੀ ਹੈ ਜ਼ਰੂਰਤ ਉਹਨੇ ਤੁਸੀਂ ਉੱਥੋਂ ਲੈ ਸਕਦੇ ਹੋ। ਇਹਦੇ ਹੋਰ ਵੀ ਕਈ ਕਾਰਨ ਹੈ ਵੀ ਤੁਸੀਂ ਕੰਪਨੀ ਨੂੰ ਕੀ ਪਤਾ ਵੀ ਉਹ ਡਾਕਟਰ ਉੱਥੇ ਐਗਜਿਸਟ ਕਰਦਾ ਵੀ ਹੈ ਜਿਸ ਨੇ ਦਵਾਈ ਲਿਖੀ ਹੈ, ਵੈਸੇ ਹੀ ਬੰਦਾ ਲਿਖ ਕੇ ਦੇ ਦੇ ਵੀ ਫਲਾਣੇ ਡਾਕਟਰ ਦੀ ਪਰਚੀ ਹੈ,
ਉਹਦੀ ਅਥੈਂਸਿਟੀ ਜਿਹੜੀ ਡਾਕਟਰ ਦੀ ਉਹ ਨਹੀਂ ਚੈੱਕ ਹੋ ਸਕਦੀ। ਨੰਬਰ 3 'ਤੇ ਜਿਸ ਤਰ੍ਹਾਂ ਅਸੀਂ ਦੁਕਾਨਾਂ ਦੇ ਉੱਤੇ ਫਰਿੱਜ ਰੱਖੇ ਆ, ਏਸੀ ਚੱਲ ਰਿਹਾ ਸਾਡੀਆਂ ਦੁਕਾਨਾਂ ਦੇ ਵਿੱਚ, ਇਹ ਕੋਲਡ ਚੇਨ ਜਿਹੜੀ ਆ ਇਹ ਮੇਨਟੇਨ ਨਹੀਂ ਕਰ ਸਕਦੀ, ਕਿਉਂਕਿ ਕੋਰੀਅਰ ਦੀਆਂ ਦਵਾਈਆਂ ਆਉਂਦੀਆਂ ਨੇ, ਕੋਲਡ ਚੇਨ ਮੇਨਟੇਨ ਨਹੀਂ ਹੁੰਦੀ। ਇਸ ਕਰਕੇ ਜਿਹੜੀ ਕੁਆਲਿਟੀ ਆਫ ਡਰੱਗ ਆ ਜਾਂ ਕੁਆਲਿਟੀ ਆਫ ਮੈਡੀਸਨ ਆ ਇਹ ਪ੍ਰੋਪਰ ਮਰੀਜ਼ ਤੱਕ ਨਹੀਂ ਪਹੁੰਚਦੀ। ਇੱਕ ਇਹਦਾ ਹੋਰ ਵੀ ਨੁਕਸ ਆ ਵੀ ਇਹ ਸਰਿੰਜਾਂ ਵਗੈਰਾ ਜਿਹੜੀਆਂ ਕਿ ਸਰਕਾਰ ਕਹਿੰਦੀ ਵੀ ਤੁਸੀਂ ਨਸ਼ੈੜੀ ਬੰਦਿਆਂ ਨੂੰ ਵੇਚਦੇ ਹੋ, ਉਹ ਵੀ ਤਕਰੀਬਨ ਇਹਦੇ ਵਿੱਚ ਅਵੇਲੇਬਲ ਕਰਵਾ ਰਹੀਆਂ ਨੇ ਕੰਪਨੀਆਂ। ਬਾਕੀ ਇੱਕ ਗੱਲ ਹੋਰ ਆ ਵੀ ਸਾਲਟ ਕਈ ਵਾਰੀ ਦੂਸਰਾ ਦਿੱਤਾ ਜਾਂਦਾ, ਕਿਉਂਕਿ ਆਰਾਮ ਨਾਲ ਉਹ ਪੜ੍ਹਦੇ ਨਹੀਂ ਗੇ, ਸਾਲਟ ਦੂਜਾ ਦਿੱਤਾ ਜਾਂਦਾ। ਫਿਰ ਇਹ ਜਿਹੜੀਆਂ ਚੀਜ਼ਾਂ ਨੇ ਆਮ ਤੌਰ 'ਤੇ ਤੁਸੀਂ ਵੇਖਦੇ ਹੋ ਸੇਲ ਦੇ ਵਾਸਤੇ ਸਾਨੂੰ ਕਹਿੰਦੇ ਨੇ ਵੀ ਫਾਰਮਾਸਿਸਟ ਅਵੇਲੇਬਲ ਹੋਣਾ ਚਾਹੀਦਾ, ਪਰ ਜਿੱਥੋਂ ਇਹ ਦਵਾਈ ਆਉਂਦੀ ਕੀ ਤੁਹਾਨੂੰ ਪਤਾ ਵੀ ਉੱਥੇ ਫਾਰਮਾਸਿਸਟ ਬੈਠਾ ਵਾ ਜਾਂ ਨਹੀਂ ਬੈਠਾ, ਜੋ ਚੈੱਕ ਕਰਦਾ ਜਾਂ ਨਹੀਂ ਕਰਦਾ। ਅਤੇ ਇੱਕ ਇਹਦੇ ਹੋਰ ਵੀ ਆ ਵੀ ਦੇਖੋ ਪੰਜਾਬ ਦੇ ਵਿੱਚ 8.5-9 ਲੱਖ ਕੈਮਿਸਟ ਨੇ, ਉਹਨਾਂ ਦਾ ਰੁਜ਼ਗਾਰ ਤਾਂ ਪ੍ਰਭਾਵਿਤ ਹੋਊਗਾ ਹੀ, ਉਹਨਾਂ ਦੇ ਨਾਲ 5-5-6-6 ਬੰਦੇ ਹਰੇਕ ਦੁਕਾਨ ਦੇ ਉੱਤੇ ਜੁੜੇ ਹੋਏ ਨੇ। ਲਾ ਲਓ ਵੀ ਕਿੱਥੇ ਗੱਲ ਜਿਹੜੀ ਆ ਲੋਕਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਇੱਕ ਕਿਸਮ ਦਾ, ਤਾਂ ਕਿ ਬੇਰੁਜ਼ਗਾਰੀ ਪੈਦਾ ਹੋ ਰਹੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈ ਫਾਰਮੇਸੀ ਜਿਹੜੀ ਆ ਇਹਨੂੰ ਸਰਕਾਰ ਕੇਂਦਰ ਦੀ ਨਾਮ ਪ੍ਰਮੋਟ ਕਰੇ, ਅਤੇ ਅਸੀਂ ਸਾਡਾ ਮੇਨ ਬੰਦ ਜਿਹੜਾ ਵਾ ਇਸੇ ਵਾਸਤੇ ਹੀ ਆ। ਬਾਕੀ ਜਿਹੜੀਆਂ ਦਵਾਈਆਂ ਸਰਕਾਰ ਮਤਲਬ ਵੀ ਸਾਈਕੋਟ੍ਰੋਪਿਕ ਡਰੱਗਸ ਨੇ ਜਾਂ ਹੋਰ ਜਿਸ ਤਰ੍ਹਾਂ ਜਿਹੜੀਆਂ ਨੀਂਦ ਲਿਆਉਂਦੀਆਂ ਨੇ ਜਾਂ ਹੋਰ ਜਿਨ੍ਹਾਂ ਦੀ ਮਤਲਬ ਵੀ ਕਈ ਵਾਰੀ ਮਰੀਜ਼ ਨੂੰ ਥੋੜ੍ਹੇ ਚਿਰ ਲਈ ਲੋੜ ਹੁੰਦੀ ਹੈ, ਜਿੰਨੇ ਚਿਰ ਲਈ ਮਰਜ਼ੀ ਮਰੀਜ਼ ਉੱਥੋਂ ਮੰਗਾ ਕੇ ਬੜੇ ਆਰਾਮ ਨਾਲ ਖਾ ਸਕਦੇ। 28 ਨੂੰ ਜੇ ਮਤਲਬ ਬੰਦ ਹੋ ਪਾਦੀ ਤਾਂ ਮਤਲਬ ਕੋਈ ਨਾ ਸੁਣਵਾਈ, ਅਗਲਾ ਸਟੈਪ ਕਿੱਦਾਂ ਰਹੇਗਾ ਤੁਹਾਡਾ? ਇਹ ਸਾਡਾ ਸਟੈਪ ਜਿਹੜਾ ਵਾ ਇਹ ਸਾਡੇ ਜਿਹੜੇ ਉੱਪਰ ਨੇਤਾ ਬੈਠੇ ਨੇ ਆਲ ਇੰਡੀਆ ਲੈਵਲ ਦੇ ਮਿਸਟਰ ਸ਼ਿੰਦੇ ਜੀ ਜਾਂ ਸਾਡੇ ਜਨਰਲ ਸੈਕਟਰੀ ਨਾਂਗੀਆ ਜੀ, ਸਾਡੇ ਜਨਰਲ ਸਕੱਤਰ ਜਾਂ ਸਾਡੇ ਪ੍ਰਧਾਨ ਜੀ ਜੇ ਸ਼ਿੰਦੇ, ਇਸ ਜੋ ਵੀ ਸਾਨੂੰ ਉੱਥੋਂ ਹੁਕਮ ਜਾਂ ਜੋ ਵੀ ਸਲਾਹ ਕਰਨਗੇ ਉਹਦੇ ਅਨੁਸਾਰ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ। ਬਾਕੀ ਸਾਡੇ ਸੁਰਿੰਦਰ ਦੁੱਗਲ ਜੀ ਨੇ, ਗੁਰਬਖਸ਼ ਸਿੰਘ ਚਾਵਲਾ ਜੀ ਨੇ ਐਕਟਿੰਗ ਪ੍ਰੈਜੀਡੈਂਟ, ਉਹ ਵੀ ਜੋ ਵੀ ਸਾਨੂੰ ਹੁਕਮ ਭੇਜਣਗੇ ਅਸੀਂ ਉਹਨਾਂ ਦੇ ਹੁਕਮਾਂ ਉੱਤੇ ਫੁੱਲ ਚੜਾਉਂਦੇ ਹੋਏ ਅਗਲੀ ਕਾਰਵਾਈ ਕਰਾਂਗੇ। ਬਾਕੀ ਮੈਂ ਪਟਿਆਲਾ ਰਿਟੇਲ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਵੱਲੋਂ ਸਾਰੇ ਹੀ ਭਾਵੇਂ ਕੋਈ ਉਹ ਡਿਸੀਡੈਂਟ ਗਰੁੱਪ 'ਚ ਆ ਭਾਵੇਂ ਕੋਈ ਹੈ, ਤਾਂ ਸਾਰੇ ਕੈਮਿਸਟ ਹੀ। ਸੋ ਇਹੀ ਬੇਨਤੀ ਆ, ਅਪੀਲ ਆ ਕਿ ਕਿਰਪਾ ਕਰਕੇ ਇਸ ਬੰਦ ਨੂੰ ਕਾਮਯਾਬ ਕਰਨ, ਤਾਂ ਕਿ ਔਨਲਾਈਨ ਫਾਰਮੇਸੀ ਜਿਹੜੀ ਆ ਉਹ ਸਰਕਾਰ ਪ੍ਰਮੋਟ ਨਾ ਕਰ ਸਕੇ ਅਤੇ ਦਵਾਈਆਂ ਵਾਲਿਆਂ ਦਾ ਨੁਕਸਾਨ ਨਾ ਹੋ ਸਕੇ। ਸੋ ਬਾਕੀ ਜਿਹੜੀ ਸੁਵਿਧਾ ਜਨਰਲ ਪਬਲਿਕ ਨੂੰ ਹੋਣੀ ਆ, ਜੇ ਦਵਾਈਆਂ ਨਹੀਂ ਮਿਲਣੀਆਂ 28 ਤਰੀਕ ਨੂੰ, ਉਹਦੇ ਵਾਸਤੇ ਅਸੀਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ ਸਰਕਾਰ ਤੋਂ ਵੀ ਅਤੇ ਆਮ ਪਬਲਿਕ ਤੋਂ ਵੀ, ਮਰੀਜ਼ਾਂ ਤੋਂ ਵੀ, ਵੀ ਉਹ ਪਰੇਸ਼ਾਨ ਹੋਣਗੇ। ਪਰ ਫਿਰ ਵੀ ਦਵਾਈਆਂ ਅੰਦਰ ਤਾਂ ਮਿਲਣੀਆਂ ਹੀ, ਪਰ ਅਸੀਂ ਉਸ ਸੁਵਿਧਾ ਲਈ ਸਾਨੂੰ ਜਿਹੜੀ ਮਰੀਜ਼ ਆ ਉਹ ਮੁਆਫ ਕਰਨ ਜਾਂ ਨਹੀਂ ਕਰਦਾ। ਅਤੇ ਇੱਕ ਇਹਦੇ ਹੋਰ ਵੀ ਆ ਵੀ ਦੇਖੋ ਪੰਜਾਬ ਦੇ ਵਿੱਚ 8.5-9 ਲੱਖ ਕੈਮਿਸਟ ਨੇ, ਉਹਨਾਂ ਦਾ ਰੁਜ਼ਗਾਰ ਤਾਂ ਪ੍ਰਭਾਵਿਤ ਹੋਊਗਾ ਹੀ, ਉਹਨਾਂ ਦੇ ਨਾਲ 5-5-6-6 ਬੰਦੇ ਹਰੇਕ ਦੁਕਾਨ ਦੇ ਉੱਤੇ ਜੁੜੇ ਹੋਏ ਨੇ। ਲਾ ਲਓ ਵੀ ਕਿੱਥੇ ਗੱਲ ਜਿਹੜੀ ਆ ਲੋਕਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਇੱਕ ਕਿਸਮ ਦਾ, ਤਾਂ ਕਿ ਬੇਰੁਜ਼ਗਾਰੀ ਪੈਦਾ ਹੋ ਰਹੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈ ਫਾਰਮੇਸੀ ਜਿਹੜੀ ਆ ਇਹਨੂੰ ਸਰਕਾਰ ਕੇਂਦਰ ਦੀ ਨਾਮ ਪ੍ਰਮੋਟ ਕਰੇ, ਅਤੇ ਅਸੀਂ ਸਾਡਾ ਮੇਨ ਬੰਦ ਜਿਹੜਾ ਵਾ ਇਸੇ ਵਾਸਤੇ ਹੀ ਆ। ਬਾਕੀ ਜਿਹੜੀਆਂ ਦਵਾਈਆਂ ਸਰਕਾਰ ਮਤਲਬ ਵੀ ਸਾਈਕੋਟ੍ਰੋਪਿਕ ਡਰੱਗਸ ਨੇ ਜਾਂ ਹੋਰ ਜਿਸ ਤਰ੍ਹਾਂ ਜਿਹੜੀਆਂ ਨੀਂਦ ਲਿਆਉਂਦੀਆਂ ਨੇ ਜਾਂ ਹੋਰ ਜਿਨ੍ਹਾਂ ਦੀ ਮਤਲਬ ਵੀ ਕਈ ਵਾਰੀ ਮਰੀਜ਼ ਨੂੰ ਥੋੜ੍ਹੇ ਚਿਰ ਲਈ ਲੋੜ ਹੁੰਦੀ ਹੈ, ਜਿੰਨੇ ਚਿਰ ਲਈ ਮਰਜ਼ੀ ਮਰੀਜ਼ ਉੱਥੋਂ ਮੰਗਾ ਕੇ ਬੜੇ ਆਰਾਮ ਨਾਲ ਖਾ ਸਕਦੇ। 28 ਨੂੰ ਜੇ ਮਤਲਬ ਬੰਦ ਹੋ ਪਾਦੀ ਤਾਂ ਮਤਲਬ ਕੋਈ ਨਾ ਸੁਣਵਾਈ, ਅਗਲਾ ਸਟੈਪ ਕਿੱਦਾਂ ਰਹੇਗਾ ਤੁਹਾਡਾ? ਇਹ ਸਾਡਾ ਸਟੈਪ ਜਿਹੜਾ ਵਾ ਇਹ ਸਾਡੇ ਜਿਹੜੇ ਉੱਪਰ ਨੇਤਾ ਬੈਠੇ ਨੇ ਆਲ ਇੰਡੀਆ ਲੈਵਲ ਦੇ
ਮਿਸਟਰ ਸ਼ਿੰਦੇ ਜੀ ਜਾਂ ਸਾਡੇ ਜਨਰਲ ਸੈਕਟਰੀ ਨਾਂਗੀਆ ਜੀ ਸਾਡੇ ਜਨਰਲ ਸਕੱਤਰ ਜਾਂ ਸਾਡੇ ਪ੍ਰਧਾਨ ਜੀ ਜੇ ਸ਼ਿੰਦੇ ਇਸ ਜੋ ਵੀ ਸਾਨੂੰ ਉੱਥੋਂ ਹੁਕਮ ਜਾਂ ਜੋ ਵੀ ਸਲਾਹ ਕਰਨਗੇ ਉਹਦੇ ਅਨੁਸਾਰ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ। ਬਾਕੀ ਸਾਡੇ ਸੁਰਿੰਦਰ ਦੁੱਗਲ ਜੀ ਨੇ, ਗੁਰਬਖਸ਼ ਸਿੰਘ ਚਾਵਲਾ ਜੀ ਨੇ ਐਕਟਿੰਗ ਪ੍ਰੈਜੀਡੈਂਟ, ਉਹ ਵੀ ਜੋ ਵੀ ਸਾਨੂੰ ਹੁਕਮ ਭੇਜਣਗੇ ਅਸੀਂ ਉਹਨਾਂ ਦੇ ਹੁਕਮਾਂ ਉੱਤੇ ਫੁੱਲ ਚੜ੍ਹਾਉਂਦੇ ਹੋਏ ਅਗਲੀ ਕਾਰਵਾਈ ਕਰਾਂਗੇ। ਬਾਕੀ ਮੈਂ ਪਟਿਆਲਾ ਰਿਟੇਲ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਵੱਲੋਂ ਸਾਰੇ ਹੀ ਭਾਵੇਂ ਕੋਈ ਉਹ ਡਿਸੀਡੈਂਟ ਗਰੁੱਪ 'ਚ ਹੈ ਭਾਵੇਂ ਕੋਈ ਹੈ, ਤਾਂ ਸਾਰੇ ਕੈਮਿਸਟ ਹੀ। ਸੋ ਇਹੀ ਬੇਨਤੀ ਆ, ਅਪੀਲ ਆ ਕਿ ਕਿਰਪਾ ਕਰਕੇ ਇਸ ਬੰਦ ਨੂੰ ਕਾਮਯਾਬ ਕਰਨ ਤਾਂ ਕਿ ਔਨਲਾਈਨ ਫਾਰਮੇਸੀ ਜਿਹੜੀ ਆ ਉਹ ਸਰਕਾਰ ਪ੍ਰਮੋਟ ਨਾ ਕਰ ਸਕੇ ਅਤੇ ਦਵਾਈਆਂ ਵਾਲਿਆਂ ਦਾ ਨੁਕਸਾਨ ਨਾ ਹੋ ਸਕੇ। ਸੋ ਬਾਕੀ ਜਿਹੜੀ ਸੁਵਿਧਾ ਜਨਰਲ ਪਬਲਿਕ ਨੂੰ ਹੋਣੀ ਆ ਜੇ ਦਵਾਈਆਂ ਨਹੀਂ ਮਿਲਣੀਆਂ 28 ਤਰੀਕ ਨੂੰ, ਉਹਦੇ ਵਾਸਤੇ ਅਸੀਂ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ ਸਰਕਾਰ ਤੋਂ ਵੀ ਅਤੇ ਆਮ ਪਬਲਿਕ ਤੋਂ ਵੀ, ਮਰੀਜ਼ਾਂ ਤੋਂ ਵੀ, ਵੀ ਉਹ ਪਰੇਸ਼ਾਨ ਹੋਣਗੇ। ਪਰ ਫਿਰ ਵੀ ਦਵਾਈਆਂ ਅੰਦਰ ਤਾਂ ਮਿਲਣੀਆਂ ਹੀ, ਪਰ ਅਸੀਂ ਉਸ ਸੁਵਿਧਾ ਲਈ ਸਾਨੂੰ ਜਿਹੜੀ ਮਰੀਜ਼ ਆ ਉਹ ਮੁਆਫ ਕਰਨ।